ਉਹ ਚੱਲਣਾ ਸ਼ੁਰੂ ਕੀਤਾ ਵੀ ਹੈ ਨਹੀਂ ਸੀ ਦੱਸਣ ਵਾਲੇ ਕਿੱਧਰ ਮੁੰਡਾ ਕਿੱਧਰ। ਜਦੋਂ ਅਸੀਂ ਸ਼ੁਰੂ ਕੀਤਾ ਉਦੋਂ ਯੂਟਿਊਬ ਵੀ ਹੁੰਦਾ ਨਹੀਂ ਸੀ, ਉਹ ਕੈਸਟਾਂ ਹੋ ਗਈਆਂ ਕੈਸਟਾਂ। ਅਤੇ ਜੇ ਤੁਸੀਂ ਕੰਮ ਦੇ ਕੋਲ ਜਾ ਕੇ ਮਿਹਨਤ ਕਰੋਗੇ ਤਾਂ ਹੀ ਕਈ ਪਾਉਂਦੇ ਸੀ, ਆਪਣੇ ਵੱਲੋਂ ਗਾਣਾ ਨਹੀਂ ਲਾ ਸਕਦੇ। ਜਿਵੇਂ ਮੈਂ ਅੱਜ ਗਾਉਣਾ ਮੈਂ ਯੂਟਿਊਬ 'ਤੇ ਪਾਸ ਹੋ ਗਿਆ, ਉਦੋਂ ਨਹੀਂ ਸੀ ਕਿਸੇ ਕੰਮ ਵਾਲੇ ਨੇ ਸਾਨੂੰ ਰੱਖ ਲਿਆ ਤਾਂ ਇਹ ਲੱਗਦਾ ਸੀ ਵੀ ਯਾਰ ਗੱਲ ਬਣ ਗਈ। ਉਹ ਮੈਨੂੰ 22 ਸਾਲ ਹੋ ਗਏ ਇੱਥੇ ਤੱਕ ਪਹੁੰਚ ਗਿਆ, ਅੱਜ ਜਾ ਕੇ ਸਟੇਡੀਅਮ ਸੁਣ ਲਾ ਨਵੇਂ ਆ ਗਿਆ 22 ਸਾਲ ਬਾਅਦ। ਪੰਜਾਬੀ ਵਾਲੀ ਮਾਣ ਵਾਲੀ ਗੱਲ ਹੈ, ਕਦੇ BC ਸਟੇਡੀਅਮ ਅੱਜ ਤੱਕ ਭਰਿਆ ਨਹੀਂ ਸੀ, ਸੋਲਡ ਆਊਟ ਕੀਤਾ BC ਸਟੇਡੀਅਮ, ਇਹਨਾਂ ਯਾਰ ਤੋਂ ਜ਼ਿਆਦਾ ਪਤਾ ਸੀ। ਮੈਨੂੰ 22 ਸਾਲ ਲੱਗ ਗਿਆ, ਇਹ ਕੁਛ ਕੰਮ ਨਹੀਂ। ਮੈਂ ਇੱਦਾਂ ਨਹੀਂ ਕਹਿੰਦਾ ਕਿ ਮੈਂ ਵੱਡੀ ਗੱਲ ਕੀਤੀ, ਮੈਂ ਮਿਹਨਤ ਕਰਦਾ ਸੀ, ਮੈਂ ਚਾਹੁੰਦੇ ਸੀ ਇੱਦਾਂ ਕਰਨਾ। ਪਰ ਮੈਂ ਚਾਹੁੰਦਾ ਕਿ ਜਿਹੜੀਆਂ ਬੱਚੇ ਆ ਇਹਨਾਂ ਦੇ ਕੋਈ ਸੁਪਨਾ ਨਾ ਲੱਗੇ, ਇਹਨਾਂ ਨੂੰ ਫਿਰ ਵੱਧ ਤੋਂ ਉਹਨਾਂ ਦਾ ਝਾਕਾ ਖੁੱਲ੍ਹੇ ਕਿ ਸਟੇਜਾਂ ਵੱਡੀਆਂ ਸਟੇਜਾਂ ਨਹੀਂ ਹੈਗੀਆਂ, ਅਸੀਂ ਕਦੇ ਵੀ ਭਰ ਸਕਦੇ ਸਟੇਡੀਅਮ ਐਰੀਨਾ। ਇਹਨਾਂ ਬੱਚਿਆਂ ਨੂੰ ਸਟੇਜ 'ਤੇ ਬੁਲਾਉਣ ਦਾ ਮਕਸਦ ਵੀ ਸਿਰਫ ਇਹੀ ਹੈ ਕਿ ਇਹਨਾਂ ਦਾ ਝਾਕਾ ਖੁੱਲ੍ਹੇ, ਫਿਰ ਵੱਧ ਤੋਂ ਇਹਨਾਂ ਨੂੰ ਇਹ ਸਟੇਜਾਂ ਵੱਡੀਆਂ ਲੱਗਦੀਆਂ। ਸਾਨੂੰ ਬਹੁਤ ਟਾਈਮ ਲੱਗਿਆ ਪਰ ਇਹਨਾਂ ਨੂੰ ਟਾਈਮ ਨਹੀਂ ਲੱਗਣਾ।